ਅੱਜ ਅਸੀਂ ਡਾਕਟਰ ਰੋਬਿਨ ਅਰੋੜਾ ਜੀ ਦੇ ਕਲੀਨਿਕ ਨੈਚੁਰਲ ਲਾਈਫ ਕੇਅਰ ਇਲੈਕਟ੍ਰੋਹੋਮੋਪੈਥਿਕ ਕਲੀਨਿਕ ਬਰਗਾੜੀ ਦੇ ਵਿੱਚ ਪਹੁੰਚੇ ਹਾਂ। ਅੱਜ ਅਸੀਂ ਡਾਕਟਰ ਸਾਹਿਬ ਤੋਂ ਇਹ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਇਲੈਕਟ੍ਰੋਹੋਮੋਪੈਥੀ ਇਲਾਜ ਪ੍ਰਣਾਲੀ ਕੀ ਹੈ। ਹਾਂਜੀ ਡਾਕਟਰ ਸਾਹਿਬ, ਇਲੈਕਟ੍ਰੋਹੋਮੋਪੈਥੀ ਡਾਕਟਰ ਕਾਊਂਟ ਸੀਜ਼ਰ ਮੈਟੀ ਜੀ ਦੁਆਰਾ ਖੋਜ ਕੀਤੀ ਹੋਈ ਇੱਕ ਚਿਕਿਤਸਾ ਪੱਧਤੀ ਹੈ। ਇਲੈਕਟ੍ਰੋਹੋਮੋਪੈਥੀ ਦੇ ਵਿੱਚ ਕੇਵਲ ਅਤੇ ਕੇਵਲ 100% ਪਲਾਂਟ ਓਰੀਐਂਟਡ ਯਾਨੀ ਕਿ ਬੂਟਿਆਂ ਤੋਂ ਤਿਆਰ ਅਰਕ ਦੁਆਰਾ ਹੀ ਬਿਮਾਰੀਆਂ ਦੀ ਠੀਕ ਕੀਤਾ ਜਾਂਦਾ ਜਾਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ। ਇਲੈਕਟ੍ਰੋਹੋਮੋਪੈਥੀ ਦੇ ਵਿੱਚ 114 ਪਲਾਂਟ ਹੈ ਜਿਹਦੇ ਉੱਪਰ ਵਿੱਚੋਂ ਬੇਸਿਕ ਮੇਨ ਜਿਹੜੀਆਂ ਹੈਗੀਆਂ ਉਹ 38 ਦਵਾਈਆਂ ਤਿਆਰ ਕੀਤੀਆਂ ਜਾਂਦੀਆਂ। ਸਿਰਫ ਉਹ 38 ਮੈਡੀਸਨਸ ਨੂੰ ਜੇ ਅਸੀਂ ਧਿਆਨ ਨਾਲ ਲੜੀਬੱਧ ਕਰਕੇ ਔਰ ਉਹਨੂੰ ਸਮਝ ਕੇ ਕਿਸੇ ਵੀ ਬਿਮਾਰੀ ਦਾ ਲਾ ਇਲਾਜ ਬਿਮਾਰੀ ਈਵਨ ਕਿ ਜੇ ਆਪਾਂ ਕੈਂਸਰ ਦੀ ਗੱਲ ਕਰੀਏ, ਯੂਟਰਨ ਫੈਬਰਾਇਡ ਦੀ ਗੱਲ ਕਰ ਲੈਂਦੇ ਹਾਂ ਜਾਂ ਗੋਲਬਲੈਡਰ ਸਟੋਨ ਦੀ ਗੱਲ, ਜਿਸਦਾ ਕਿ ਆਧੁਨਿਕ ਪੈਥੀਆਂ ਦੇ ਵਿੱਚ ਸਿਰਫ ਸਰਜਰੀ ਤੋਂ ਇਲਾਵਾ ਹੋਰ ਕੋਈ ਇਲਾਜ ਨਹੀਂ। ਅਸੀਂ ਸਿਰਫ ਮੈਡੀਸਨ ਦੇ ਨਾਲ ਹੀ ਉਹਨਾਂ ਬਹੁਤ ਸਾਰੇ ਪੇਸ਼ੈਂਟਸ ਨੂੰ ਜਿਹੜਾ ਹੈਗਾ ਤਕਲੀਫ ਤੋਂ ਰਾਹਤ ਦਿਲਾ ਚੁੱਕੇ ਹਾਂ। ਡਾਕਟਰ ਸਾਹਿਬ, ਜਿਹੜੀ ਇਲੈਕਟ੍ਰੋਹੋਮਿਓਪੈਥੀ ਦਵਾਈਆਂ ਹੈ ਜੀ, ਇਹ ਤੁਸੀਂ ਕਿੱਥੋਂ ਲੈ ਕੇ ਆਉਂਦੇ ਹੋ ਅਤੇ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦਾ ਬਣਾਇਆ ਜਾਂਦਾ ਹੈ? ਕੀ ਇਹ ਜੋ ਸੁਣਦੇ ਹਾਂ ਕਿ ਤਾਜ਼ੇ ਪੌਦਿਆਂ ਤੋਂ ਹੈ, ਇਹ ਇਹਦੇ ਬਾਰੇ ਤੁਸੀਂ ਇਲੈਕਟ੍ਰੋਹੋਮਿਓਪੈਥੀ ਮੈਡੀਸਨ ਜਿਹੜੀ ਹੈਗੀ ਹੈ ਸਾਡੇ ਕੋਲ ਸਿਰਫ ਅਤੇ ਸਿਰਫ ਰੈਬਿਸਨ ਇੰਡੀਆ ਦੁਆਰਾ ਤਿਆਰ ਕੀਤੀ ਗਈ, ਚੰਬਾ ਤੋਂ ਤਿਆਰ ਹੋ ਕੇ ਸਪੈਸ਼ਲ ਆਉਂਦੀ ਹੈ। ਅਸੀਂ ਸਿਰਫ ਉਹੀ ਮੈਡੀਸਨ ਯੂਜ਼ ਕਰਦੇ ਹਾਂ ਕਿਉਂਕਿ ਸਾਨੂੰ ਹੁਣ ਤੱਕ ਇਲੈਕਟ੍ਰੋਹੋਮਿਓਪੈਥੀ ਵਿੱਚ ਜੇ ਵੱਧ ਤੋਂ ਵੱਧ